ਮਾਨਸਾ ਤੋਂ ਬਰਨਾਲਾ ਆ ਰਹੀ ਮੇਨ ਰੋਡ ਤੇ ਰਾਤ 10 ਵਜੇ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ 2 ਵਿਅਕਤੀ ਸਵਾਰ ਸਨ, ਜਿਨ੍ਹਾਂ 'ਚੋਂ ਇੱਕ ਬਜ਼ੁਰਗ ਵਿਅਕਤੀ ਸਰਦੂਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਹਾਦਸੇ ਦੇ ਕਾਰਨ ਮੌਕੇ ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਸੜਕ ਦੇ ਠੇਕੇਦਾਰ ਵੱਲੋਂ ਪੁਲੀ ਦਾ ਕੰਮ ਪੂਰਾ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਰਜਿੰਦਰ ਸਿੰਘ ਮਿੰਟੂ MC ਜੋਗਾ ਨੇ ਦੱਸਿਆ ਕਿ ਅਸੀਂ ਇਸ ਨੂੰ ਕਈ ਵਾਰ ਪੁਲੀ ਬਣਾਉਣ ਲਈ ਕਹਿ ਚੁੱਕੇ ਹਾਂ, ਪਰ ਉਸਨੇ ਪੁਲੀ ਦਾ ਕੰਮ ਪੂਰਾ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਤੇ ਅੱਜ ਇਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ਦਾ ਨੁਕਸਾਨ ਅੱਗੇ ਹੋਣ ਦੇ ਵੀ ਡਰ ਹੈ। ਇਸ ਸੜਕ ਤੇ ਕਾਫੀ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਪੁਲੀਆਂ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇ ਤੇ ਚਿੱਟੀ ਪੱਟੀ ਵੀ ਲਗਵਾਈ ਜਾਣੀ ਚਾਹੀਦੀ ਹੈ, ਜਿਸ ਕਾਰਨ ਹੋਰ ਗੱਡੀਆਂ ਵੀ ਸੜਕ ਤੋਂ ਹੇਠਾਂ ਉਤਰ ਕੇ ਕੱਚੇ ਥਾਂ ਵਿੱਚ ਨਾ ਧਸ ਜਾਣ ਤੇ ਅੱਗੋਂ ਤੋਂ ਇਸ ਪੁਲੀ ਕਾਰਨ ਜੋ ਵੀ ਹਾਦਸਾ ਵਾਪਰਦਾ ਹੈ ਇਸ ਦਾ ਜ਼ਿੰਮੇਵਾਰ ਸੜਕ ਠੇਕੇਦਾਰ ਹੋਵੇਗਾ। ਜਦੋਂ ਇਸ ਸੜਕ ਦਾ ਕੰਮ ਕਰਨ ਵਾਲੇ ਠੇਕੇਦਾਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਵੀ ਨਹੀਂ ਚੁੱਕਿਆ। ਧੁੰਦ ਬਹੁਤ ਪਈ ਜਾਂਦੀ ਹੈਗੀ, ਇਸ ਕਾਰਨ ਅਸੀਂ ਜਾਂਦੇ ਰੇਤਾ ਭਰ ਕੇ ਗੱਡੀ ਲਈ ਜਾਂਦੇ ਸੀਗੇ ਤੇ ਧੁੰਦ ਕਾਰਨ ਗੱਡੀ ਵੀ ਲਹਿ ਗਈ ਥੱਲੇ। 6-7 ਗੱਡੀਆਂ ਦਾ ਪਹਿਲਾਂ ਨੁਕਸਾਨ ਹੋ ਗਿਆ, ਇੱਕ ਦੀ ਪੁਲੀ ਨਹੀਂ ਬਣਾਈ ਇਹਨਾਂ ਨੇ, ਪੁਲੀਆਂ ਸਾਰੀਆਂ ਟੁੱਟੀਆਂ ਪਈਆਂ ਹੈਗੀਆਂ। ਇਸ ਕਾਰਨ ਇੱਕ ਧੁੰਦ ਪਈ ਜਾਂਦੀ, ਇੱਕ ਧੂੰਆਂ ਬਹੁਤ ਜ਼ਿਆਦਾ ਹੈ, ਅੱਖਾਂ 'ਤੇ ਬਹੁਤ ਫਰਕ ਪਈ ਜਾਂਦਾ ਹੈਗਾ। ਠੇਕੇਦਾਰ ਨਾਲ ਅਸੀਂ ਗੱਲ ਕਰੀਏ ਫੋਨ 'ਤੇ, ਜੀ ਸਾਹਿਬ ਨਾਲ ਵੀ ਗੱਲ ਕਰੀਏ, ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ 5-7 ਦਿਨਾਂ 'ਚ ਇਹ ਪੁਲੀਆਂ ਅਸੀਂ ਕੰਪਲੀਟ ਕਰਾ ਦੇਵਾਂਗੇ, ਪਰ ਇਹਨਾਂ ਨੇ 10 ਦਿਨ ਦੇ ਕਰੀਬ ਹੋ ਗਏ ਮੇਰੀ ਗੱਲ ਹੋਈ ਨੂੰ, ਅੱਜ ਤੱਕ ਪੁਲੀਆਂ 'ਤੇ ਕੋਈ ਆਇਆ ਨਹੀਂ ਇਹਨਾਂ ਦਾ, ਮਹਿਕਮੇ ਦਾ ਕੋਈ ਬੰਦਾ। ਅੱਜ ਗੱਡੀ ਦਾ ਨੁਕਸਾਨ ਹੋ ਗਿਆ, ਸਿਰਫ ਇਹ ਟਰੱਕ ਦੇ ਵਿੱਚ ਬਰੇਤੀ ਸੀ ਜਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ, ਜਾਨੀ ਕਿ ਇੱਥੇ ਮੇਨ ਰੋਡ ਆ ਗਈ ਇਹ ਮਾਨਸਾ ਬਰਨਾਲਾ, ਜ਼ਿਆਦਾ ਟ੍ਰੈਫਿਕ ਹੈ ਸੜਕ ਦੇ ਉੱਤੇ, ਕੋਈ ਜਾਨੀ ਨੁਕਸਾਨ ਵੀ ਹੋ ਸਕਦਾ, ਕੋਈ ਸਕੂਲ ਦੀ ਬੈਨ ਵੀ ਪਲਟ ਸਕਦੀ ਹੈ ਇੱਥੇ। ਅਸੀਂ ਮੰਗ ਕਰਦੇ ਹਾਂ ਇਹਨਾਂ ਦੇ ਮਹਿਕਮੇ ਤੋਂ ਇਹਨਾਂ ਜੀ ਦੇ ਖਿਲਾਫ਼ ਅਤੇ ਠੇਕੇਦਾਰ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।